ਹੁਣ ਵੈਲਕਮ ਹੋ ਰਿਹਾ ਜੀ ਹੁਣ ਵੈਲਕਮ ਵੈਲਕਮ ਅਫਰੀਨਾ ਦਾ ਮੈਟ ਸਾਫ ਹੋ ਰਿਹਾ ਅਸ਼ੇ ਸ਼ੇਮਿੰਗ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਸਾਹਿਬ ਤਿਆਰ ਆ ਜੀ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਵੀ 1 ਤਰੀਕ ਨੂੰ ਪਾਠ ਪ੍ਰਕਾਸ਼ ਹੋਣੇ ਆ ਅਤੇ 3 ਤਰੀਕ ਨੂੰ ਪਾਠਾਂ ਦੇ ਭੋਗ ਪਾਏ ਜਾਣੇ ਆ ਅਤੇ ਅੱਜ ਦੇਖੋ ਗੁਰਦੁਆਰਾ ਸਾਹਿਬ ਸਜਾਤਾ ਤਿਆਰੀ ਆ ਜੀ ਕੱਲ੍ਹ ਨੂੰ ਪਾਠਾਂ ਦੇ ਭੋਗ ਪੈ ਜਾਣੇ ਆ ਅਤੇ ਨਵੇਂ ਦਰਬਾਰ ਸਾਹਿਬ ਦਾ ਉਦਘਾਟਨ ਹੋ ਜਾਣਾ ਅਤੇ ਮਹਾਰਾਜ ਦੀ ਸਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਢਾਬਿਆਂ ਦੇ ਉੱਤੇ ਬਿਰਾਜਮਾਨ ਕਰਾ ਦਿੱਤੇ ਜਾਣਗੇ ਅਤੇ ਉੱਪਰ ਸੱਚਖੰਡ ਸਾਹਿਬ ਉੱਥੇ ਮਹਾਰਾਜ ਇਸ ਵਾਰੀ ਸ਼੍ਰੀ ਗੁਰੂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਬਿਰਾਜਮਾਨ ਕਰਾ ਦਿੱਤੇ ਜਾਣਗੇ ਅਤੇ ਸ਼ਾਮ ਦੇ ਜਿਹੜੇ ਦੀਵਾਨ ਨੇ 3 ਤਰੀਕ ਨੂੰ ਜਾਣਗੇ ਕੱਲ੍ਹ ਨੂੰ ਉਹ ਇਸ ਥਾਂ ਦੇ ਉੱਤੇ ਸਜਾਏ ਜਾਣਗੇ ਕੀਰਤਨ ਦਰਬਾਰ ਹੋਵੇਗਾ ਅਤੇ ਬਾਕੀ ਸੇਵਾ ਚੱਲ ਰਹੀ ਆ ਤਿਆਰੀ ਹੋ ਰਹੀ ਆ ਮੈਟ ਵਗੈਰਾ ਸਾਰੇ ਥੱਲੇ ਵਿਛਾ ਦਿੱਤੇ ਗਏ ਆ ਏ ਸੀ ਸਪੀਕਰ ਸਾਹਿਬ ਫਿੱਟ ਹੋ ਗਏ ਪਾਲਕੀ ਸਾਹਿਬ ਤਿਆਰ ਉੱਤੇ ਚੰਦੂਆ ਸਾਹਿਬ ਲਗਾ ਦਿੱਤਾ ਗਿਆ ਸਜਾਵਟ ਕੰਪਲੀਟ ਆ ਅਤੇ ਝੂਮਰ ਲੱਗਣ ਦੀ ਤਿਆਰੀ 'ਚ ਆ ਮੁੰਡੇ ਲੱਗੇ ਹੋਏ ਸੇਵਾ ਕਰਨ
ਸਾਰੀ ਸਾਫ ਸਫਾਈ ਹੋਈ ਹੋਈ ਹੈ ਪੂਰੀ ਬਰੀਕੀ ਦੇ ਨਾਲ ਕੰਮ ਹੋ ਰਿਹਾ ਘੋੜੇ ਕੋ ਬੁੜਾ ਕਹਿੰਦੇ ਕਹਿੰਦਾ ਉਹਨੂੰ ਕਿੱਥੇ ਪਤਾ ਯਾਰ ਘੋੜੇ ਕੋ ਬੁੜੇ ਨੂੰ ਕਿਉਂ ਨਾ ਲਿਆ ਕਰ ਬਈ ਬਣ ਕੇ ਜਾਂ ਉਹਦੀ ਆਡੀਓ ਦੁਬਾਰੇ ਲਾ ਲਿਆ ਕਰ ਰਾਜਪ੍ਰੀਤ ਦਾ ਸ਼ਾਰਟ ਵੀਡੀਓ ਪਾਉਂਦਾ ਉਹ ਉਹ ਕੀਰਤਨ ਕਰਦਾ ਸ਼ਾਮ ਨੂੰ ਉਹ ਇਹਦੀ ਕਿੰਨੀ ਉਮਰ ਆ ਉਹ ਸ਼ਾਰਟ ਵੀਡੀਓ ਬਣਾਉਂਦਾ ਰਾਜਪ੍ਰੀਤ ਦਾ ਸ਼ਾਹ ਉਹ ਸ਼ਾਰਟ ਵੀਡੀਓ ਪਾਉਂਦਾ ਗੱਲੀ ਉਹ ਤੇਰੀ ਉੱਪਰ ਦੇਖੋ ਪਾਕਿ ਸਾਹਿਬ ਦੇ ਨਾਲ ਨਾਲ ਉੱਪਰ ਚੰਦੋਆ ਸਾਮਾ ਸਾਹਿਬ ਲੱਗ ਗਿਆ ਇਹ ਸਾਰਾ ਸੈੱਟ ਇੱਕ ਹੀ ਤਰ੍ਹਾਂ ਲੱਗਿਆ ਹੋਇਆ ਹਲੇ ਪਰਦੇ ਵਗੈਰਾ ਸਾਰੇ ਜਾਂਦੇ ਪਏ ਨੇ ਸਾਰੀ ਤਿਆਰੀ ਹੋ ਰਹੀ ਆ ਬਾਬੇ ਬਾਬੇ ਨਾਲ ਲੱਗੇ ਹੋਏ ਨੇ ਬਾਬਾ ਹੈੱਡ ਹੈੱਡ ਗ੍ਰੰਥੀ ਜੀ ਨੇ ਬਾਬਾ ਭੁਪਿੰਦਰ ਸਿੰਘ ਜੀ ਨਾਲ ਲੱਗੇ ਹੋਏ ਨੇ ਆਹ ਮੁੰਡਾ ਕਿਲੀ ਵਾਲੀ ਸਾਈਡ ਤੋਂ ਆਏ ਨੇ ਸੇਵਾ ਕਰਨ ਅਤੇ ਇਹ ਨੇ ਬਾਬਾ ਜੀ ਜਿਹੜੇ ਨਾਲ ਸੇਵਾ ਚੱਲ ਰਹੀ ਆ ਜੀ ਇਹ ਨਾਲ ਸੇਵਾ ਕਰਵਾ ਰਹੇ ਨੇ ਸਾਰਾ ਸਮਾਨ ਝੂਮ ਵਰਦਾ ਜੀ ਸਾਰਾ ਸਮਾਨ ਝੂਮ ਵਰਦਾ ਤਿਆਰੀ ਚੱਲੀ ਜਾਂਦੀ ਆ ਤਕਰੀਬਨ ਰਾਤ ਨੂੰ 11-12 ਵਜੇ ਤੱਕ ਤਕਰੀਬਨ ਸਾਰੀ ਤਿਆਰੀ ਆ ਕੰਪਲੀਟ ਹੋ ਜਾਂਦੀ ਇਹ ਤਾਂ ਵੈਸੇ ਵੀਡੀਓ ਬਣਾਉਂਦੇ ਹਾਂ ਆ ਰਾਂਗੇ ਆਪਾਂ ਸਵੇਰੇ ਬਹੁਤ ਹੀ ਸੋਹਣਾ ਦਿਵਾਸ ਬਣ ਚੁੱਕਿਆ ਮੈਡ ਬੈਠ ਰਹੇ ਨੇ ਸਫਾਈ ਰਾਤੇ 11-12 ਵੱਜਣਗੇ ਜੀ ਹਾਂ ਹੁਣੀ ਰਾਤ 11-12 ਵਜੇ ਤੱਕ ਸਫਾਈ ਚੱਲੂ ਮੈਡਾਂ ਦੀ ਵਿਛਾਈ ਹੋਣ ਲੱਗ ਗਈ ਜੀ ਸਟੇਜ ਦੇ ਉੱਤੇ ਮੇਨ ਤਾਬਿਆਂ ਦੇ ਉੱਤੇ ਜਿੱਥੇ ਸਵੇਰੇ ਸ਼ਾਮ ਬਾਣੀ ਚੱਲੂ ਕੀਰਤਨ ਦੀਵਾਨ ਹੋਣਗੇ ਉੱਥੇ ਮੈਡਾਂ ਦੀ ਵਿਛਾਈ ਹੋ ਰਹੀ ਆ ਮੈਡਾਂ ਦੀ ਵਿਛਾਈ ਪਾਕਿ ਸਾਹਿਬ ਦੇ ਥੱਲੇ
ਉੱਪਰ ਮੰਜੀ ਸਾਹਿਬ ਮੰਜੀ ਸਾਹਿਬ ਦੇ ਮੰਜੀ ਰੱਖ ਕੇ ਉੱਤੇ ਰਮਾਲਾ ਸਾਹਿਬ ਸਜਾ ਕੇ ਉਸ ਤੋਂ ਬਾਅਦ ਵਿੱਚ ਕੱਲ੍ਹ ਨੂੰ ਮਹਾਰਾਜ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਜਾਊਗਾ ਮਹਾਰਾਜ ਦੀ ਸਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੀ ਸਾਹਿਬ ਦੇ ਉੱਪਰ ਪ੍ਰਕਾਸ਼ ਕੀਤੇ ਜਾਣਗੇ ਅਤੇ ਸ਼ਾਮ ਦੇ ਦੀਵਾਨ ਇਸ ਜਗ੍ਹਾ ਦੇ ਉੱਤੇ ਸਜਾਏ ਜਾਣਗੇ ਮੈਟ ਦੀ ਕਟਾਈ ਹੋ ਰਹੀ ਹੈ ਹਲੇ ਬਗੀਚੇ ਦੀ ਸਫਾਈ ਚੱਲੀ ਜਾਂਦੀ ਆ ਕਹਿੰਦੇ ਨੂੰ ਸਾਫ਼ ਕਰਨ ਵਾਸਤੇ ਇੱਕ ਬਰੱਸ਼ ਆਉਂਦੀ ਆ ਬਰੱਸ਼ ਸਟੀਲ ਨੂੰ ਜਿਹੜਾ ਸੋਨੇ ਰੰਗਾ ਹੁੰਦਾ ਜਿਹੜਾ ਸੋਨੇ ਝਾਲਦੀ ਵਾਲਾ ਹੁੰਦਾ ਨਾ ਜਿਹੜਾ ਇਹਨੂੰ ਸਾਫ਼ ਕਰਨ ਵਾਸਤੇ ਇੱਕ ਬਰੱਸ਼ ਆਉਂਦਾ ਬਰੱਸ਼ ਸ਼ੀਸ਼ੀ ਮਿਲਦੀ ਆ ਬਹੁਤ ਸਾਰੀ ਵੱਡੀ ਸਾਰੀ ਹੁੰਦੀ ਆ 400-500 ML ਦੀ ਹੁੰਦੀ ਆ ਉਹ ਮਿਲਦੀ ਆ ਉਹਨਾਂ ਨਾਲ ਇਹ ਪੂਰਾ ਸੁਨਹਿਰੀ ਰੰਗਾ ਹੋ ਜਾਂਦਾ ਜਦੋਂ ਸੋਨਾ ਹੁੰਦਾ ਸੇਵਾਦਾਰ ਲੱਗੇ ਹੋਏ ਸਾਰੇ ਕੁਛ ਸਫਾਈ ਕਰੀ ਜਾਂਦੇ ਆ ਪਾਲਕੀ ਸਾਹਿਬ ਦੀ ਸਫਾਈ ਹੋ ਗਈ ਉੱਪਰ ਚ ਦੁਆ ਸਾਹਿਬ ਲੱਗ ਗਿਆ ਦੇਖੋ ਕੰਨਾਂ ਜਿਹਾ ਚੌਂਕ ਗਿਆ ਪੂਰਾ ਵਧੀਆ ਚੌਂਕ ਗਿਆ ਪੂਰਾ ਸਰ ਦੇਖੋ ਕੰਨੀ ਜਿਹਾ ਚੌਂਕ ਆ ਗਈ ਆ ਹੁਣ ਵੈਲਕਮ ਹੋ ਰਿਹਾ ਜੀ ਹੁਣ ਵੈਲਕਮ ਵੈਲਕਮ ਅਮਰਿੰਦਰ ਦਾ ਮੈਟ ਸਾਫ਼ ਹੋ ਰਿਹਾ ਵੈਲਕਮ ਅਮਰਿੰਦਰ ਚੱਲ ਰਹੀ ਆ ਫਿਰ ਸਾਡੀ ਮਸ਼ੀਨ ਪਈ ਆ ਦੇਖੋ ਮੈਟ ਸਾਫ਼ ਹੋ ਰਹੇ ਨੇ ਬੈਡ ਵੈਲਕਮ ਅਮਰਿੰਦਰ ਚੱਲ ਰਿਹਾ ਸਾਰੇ ਮੈਟ ਸਾਫ਼ ਹੋ ਰਹੇ ਆ ਜੀ ਹੁਣ ਸਾਰੇ ਮੈਟ ਤੁਹਾਨੂੰ ਤਾਂ ਐਸਾ ਕੌਂਟਰ ਦੇ ਨਾਲ ਸੇਵਾ ਕਰਾਉਣ ਆ ਗੁਰੂ ਸਰ ਦੇ ਆ ਉੱਥੇ ਝੂਮਰ ਲੱਗੀ ਜਾਂਦਾ ਝੂਮਰ ਦੀ ਤਿਆਰੀਆਂ ਲਾਈ ਜਾਂਦੇ ਝੂਮਰ ਉੱਪਰ ਰੰਗ ਵਗੈਰਾ ਹੋ ਗਿਆ ਸਾਰਾ ਸੈੱਟ ਵੈੱਟ ਹੋ ਗਿਆ ਨਹੀਂ ਤਾਂ ਉੱਥੇ ਕਿੰਨਾ ਸੋਹਣਾ ਲੱਗਦਾ ਲਿਖੀ ਜਾਂਦੇ ਆ ਉੱਪਰ ਅੱਜ ਲਓ ਜੀ ਫੁੱਲ ਬੂਟੇ ਆ ਗਏ ਨਵੇਂ ਹਾਂ ਬੂਟੇ ਲੱਗ ਗਏ ਅੱਜ ਕਿੰਨਾ ਸੋਹਣਾ ਬੂਟਾ ਫੁੱਲ ਲੱਗਦਾ ਫੁੱਲਾਂ ਦਾ ਕਿਆ ਬਾਤ ਬੜੇ ਸੋਹਣੇ ਫੁੱਲ ਲੱਗਦੇ ਬਈ 2500 ਦਾ ਇੱਕ ਆ ਠੀਕ ਆ ਐਵੇਂ ਭਾਈ ਦੱਸਦੇ ਹਾਂ ਪਤਾ ਨਹੀਂ ਵੀ ਕਿੰਨੇ ਦਾ ਆ ਬੰਦੇ ਆਪਣੇ ਨਾਲ ਲੈ ਕੇ ਜਾ ਕੇ ਲੈ ਕੇ ਆਏ ਆ ਬਾਈ ਹੁਣ ਵੱਲੋਂ ਸਜਾਵਟ ਦਾ ਕੰਮ ਚੱਲ ਰਿਹਾ ਗੌਤਮ ਸਾਹਿਬ ਦੇ ਸਾਹਮਣੇ ਸਾਹਮਣੇ ਲਾਈ ਜਾਵੇ ਸਾਹਮਣੇ ਸਾਹਮਣੇ ਗੌਤਮ ਸਾਹਿਬ ਦੀ ਸਾਰੀ ਸਜਾਤੀ ਦੇਖੋ ਸੋਹਣੀਆਂ ਪਈਆਂ ਲੱਗੀਆਂ ਸਾਰੀ ਸਜਾਵਟ ਹੋ ਚੁੱਕੀ ਹੈ ਜੀ ਆ ਫੜਾ ਗਏ ਉਹਨੂੰ ਗੌਤਮ ਸਾਹਿਬ ਬਿਲਕੁਲ ਤਿਆਰ ਆ ਜੀ ਕੱਲ੍ਹ ਨੂੰ ਕਣਕੇ 3 ਤਰੀਕ ਨੂੰ ਉਦਘਾਟਨ ਆ ਜੀ ਗੁਰਦੁਆਰਾ ਸਾਹਿਬ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਧਰ ਨਵੇਂ ਸਥਾਨਾਂ ਦੇ ਉੱਤੇ ਬਿਰਾਜਮਾਨ ਕਰਾਏ ਜਾਣਗੇ ਦੇਖੋ ਫੁੱਲ ਕਿੰਨਾ ਸੋਹਣਾ ਸਜਾਇਆ
ਤੇ ਸ਼ਾਮ ਦੇ ਕਥਾ ਕੀਰਤਨ ਰਹਿ ਰਸ ਇਸ ਨਵੇਂ ਸਥਾਨ ਦੇ ਉੱਤੇ ਹੋਣਗੇ ਜੀ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜ਼ਰੂਰ ਪਹੁੰਚਿਓ, ਜ਼ਰੂਰ ਪਹੁੰਚੋ 3 ਤਰੀਕ ਨੂੰ, ਯਾਨੀ ਕਿ ਕੱਲ੍ਹ ਨੂੰ। ਮੈਂ ਅੱਗੇ ਪਹਿਲਾਂ ਵੀਡੀਓ ਪਾ ਚੁੱਕਿਆ, ਝੂਮਰ ਲੱਗ ਰਿਹਾ, ਝੂਮਰ ਲੱਗਣ ਨੂੰ ਹੀ 3 ਤੋਂ 4 ਘੰਟੇ ਲੱਗ ਜਾਣੇ ਆ, ਹਾਲੇ 1.5-2 ਘੰਟੇ ਬਾਈ ਲੱਗਿਆ ਨੂੰ ਹੋ ਗਿਆ, ਅਤੇ 1.5-2 ਘੰਟੇ ਹੋਣ ਲੱਗ ਜਾਣੇ ਤੁਹਾਨੂੰ, 3 ਤੋਂ 4 ਘੰਟੇ ਕਹਿੰਦੇ ਹੁੰਦੇ ਵੀ ਲੱਗਣ ਨੂੰ, ਕਹਿੰਦੇ 4 ਘੰਟੇ ਤੁਹਾਨੂੰ ਬਾਈ ਵੈਸੇ ਹੋਣ ਵਾਲੇ ਹੋ ਸਕਦੇ, 2-2 ਘੰਟੇ 2.5-2 ਘੰਟੇ ਹੋ ਗਏ ਲੱਗਣ ਤੁਹਾਨੂੰ। ਉਹ ਜੀ ਰਾਤ ਦਾ ਸਮਾਂ ਕਿਹਨੂੰ 8 ਵੱਜ ਗਏ, ਤਿਆਰੀ ਚੱਲੀ ਜਾਂਦੀ ਹਾਲੇ ਵੀ। ਇੱਥੇ ਪੱਕਾ ਲਾਈਵ ਵੀ ਪੱਕਾ ਚੱਲਣ ਲੱਗ ਗਿਆ, ਅਤੇ ਸਾਊਂਡ ਵਗੈਰਾ ਹੁਣ ਆ ਚੁੱਕੀ ਆ, ਸਾਊਂਡ ਵਗੈਰਾ ਫਿੱਟ ਹੋਈ ਜਾਂਦੀ ਆ ਕੱਲ੍ਹ 3 ਤਰੀਕ ਦੀ ਖਾਤਰ, ਕਿਉਂਕਿ ਪੈਰ ਪ੍ਰੋਗਰਾਮ ਸਾਨੂੰ ਸਾਹਮਣੇ ਬਹੁਤ ਬੜਾ, ਤੁਹਾਨੂੰ ਸਾਨੂੰ ਪਤਾ ਵਾ, ਪਹਿਲਾਂ ਆਪਾਂ ਵੀਡੀਓ ਪਾ ਚੁੱਕੇ ਹਾਂ, ਸਾਰੀਆਂ ਟ੍ਰੇਨਾਂ ਆਪਾਂ ਦੇ ਚੁੱਕੀਆਂ ਸਾਰੀਆਂ, ਝੂਮਰ ਤਕਰੀਬਨ ਦੇ 1.5 ਘੰਟਾ ਲੱਗ ਗਿਆ, ਅਤੇ ਇੰਨਾ ਕੁ ਸਾਹ ਪਿਆ ਹਾਲੇ, ਹੋਰ ਇੰਨਾ ਇੰਨਾ ਕੁ ਰਿਹਾ ਹਾਲੇ,